ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ 6ਵੇਂ ਦਰਿਆ ਦੇ ਖਾਤਮੇ ਅਤੇ ਸ਼ਹਿਰ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਡੀਜੀਪੀ ਪੰਜਾਬ ਦੇ ਹੁਕਮਾਂ ਅਨੁਸਾਰ ਕਾਸਕੋ ਆਪਰੇਸ਼ਨ ਤਹਿਤ ਗੜਸ਼ੰਕਰ ਦੇ ਪਿੰਡ ਦੇਣੋਵਾਲ ਖੁਰਦ ਵਿਖੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ। ਡੀਐਸਪੀ ਗੜਸ਼ੰਕਰ ਪਰਮਿੰਦਰ ਸਿੰਘ ਮੰਡ ਅਤੇ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਦੇ ਸਹਿਯੋਗ ਨਾਲ ਚਲਾਏ ਇਸ ਕਾਸਕੋ ਆਪਰੇਸ਼ਨ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਪੀ ਬਿਊਰੋ ਆਫ ਇਨਵੈਸਟੀਗੇਸ਼ਨ ਮੇਜਰ ਸਿੰਘ ਨੇ ਦੱਸਿਆ ਕਿ ਨਸ਼ੇ ਦੇ ਤਸਕਰਾਂ ਨੂੰ ਹੁਣ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਜਿਹੜੀ ਚੈਕਿੰਗ ਆ, ਮਾਨਯੋਗ ਸੀਐਮ ਸਾਹਿਬ ਅਤੇ ਡੀਜੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਸਾਰੇ ਪੰਜਾਬ ਦੇ ਵਿੱਚ ਹੀ ਜਿਹੜਾ ਇਹ ਕਾਸੋ ਆਪਰੇਸ਼ਨ ਅੱਜ ਜੇ ਚੱਲ ਰਿਹਾ, ਇਹਦੇ ਲੜੀ ਦੇ ਤਹਿਤ ਜਿਹੜਾ ਅੱਜ ਅਸੀਂ ਜਿਹੜੀ ਇਸ ਏਰੀਏ ਦੇ ਵਿੱਚ ਜਿਹੜੀ ਸੁਪਰਵੀਜ਼ਨ ਮੇਰੇ ਕੋਲ ਆ, ਵੱਖ ਵੱਖ ਬਹੁਤ ਸਾਰੀਆਂ ਟੀਮਾਂ ਬਣੀਆਂ ਹੋਈਆਂ, ਬਾਕੀ ਵੀ ਟੀਮਾਂ ਕਰ ਰਹੀਆਂ ਆ। ਇਹਦੇ ਤਹਿਤ ਕਈ ਅਸੀਂ ਜਿਹੜੇ ਆ ਸ਼ੱਕੀ ਬੰਦੇ ਜਿਹੜੇ ਰਾਊਂਡ ਅਪ ਕੀਤੇ ਆ, ਉਹਨਾਂ ਤੋਂ ਸਾਡੀ ਕੋਸ਼ਿਸ਼ ਚੱਲ ਰਹੀ ਆ। ਅਤੇ ਮੇਨ ਮਕਸਦ ਸਾਡਾ ਜਿਹੜੀ ਆ ਨਸ਼ਿਆਂ ਪ੍ਰਤੀ ਜਿਹੜੀ ਜ਼ੀਰੋ ਟੋਲਰੈਂਸ, ਜਿਹੜੇ ਵੇਚਣ ਵਾਲੇ ਖਰੀਦਣ ਵਾਲੇ ਗਾਂ ਪੈਂਡਲਰ ਜਿਹੜੇ, ਉਹਨਾਂ 'ਤੇ ਅਸੀਂ ਸਖ਼ਤ ਸਮੇਂ ਸਮੇਂ ਸਿਰ ਕਾਰਵਾਈ ਕੀਤੀ ਆ। ਇਸੇ ਲੜੀ ਦੇ ਤਹਿਤ ਜਿਹੜਾ ਅੱਜ ਗੜਸ਼ੰਕਰ ਦੇ ਵਿੱਚ ਅਸੀਂ ਇਸ ਜਿਹੜਾ ਇਹ ਹੋਟਸਪੋਟ ਏਰੀਆ ਜਿਹੜਾ ਉਹ ਐਲਾਨਿਆ ਗਿਆ, ਜਿੱਥੇ ਇਹ ਕਾਫ਼ੀ ਵੱਡੇ ਪੱਧਰ 'ਤੇ ਵੇਚਦੇ ਆ, ਇਸ ਲੇਡੀ ਦੇ ਤਕਰੀਬਨ 17-18 ਪਹਿਲੋਂ ਪਰਚੇ ਦਰਜ ਆ, ਔਰ ਇਹਦਾ ਅਸੀਂ 68F ਦਾ ਜਿਹੜੀ ਪ੍ਰਪੋਜ਼ਲ ਬਣਾ ਕੇ ਜਿਹੜੀ ਭੇਜੀ ਹੋਈ ਆ, ਕੋਈ ਟੈਕਨੀਕਲ ਰੀਜ਼ਨ ਕਰਕੇ ਅਸੀਂ ਜਿਹੜੀ ਉਸ ਚੀਜ਼ ਦੀ ਵੇਟ ਕਰਦੇ ਹਾਂ। ਇਹਦੀ ਜਿਹੜੀ ਬਣਾਈ ਹੋਈ ਪ੍ਰੋਪਰਟੀ ਜਿਹੜੀ ਆ ਚੱਲਦਾ, ਉਹ ਅਸੀਂ ਸਾਰੀ ਨੋਟ ਕਰ ਲਈ ਆ, ਉਹ ਅਸੀਂ ਜਿਹੜੀ ਆ ਉਹ ਵੀ ਅਟੈਚ ਕਰਾ ਦੇਣੀ ਹੈਗੀ ਆ। ਅਸੀਂ ਦੁਬਾਰਾ ਫਿਰ ਬੇਨਤੀ ਕਰਦੇ ਹਾਂ ਕਿ ਜਿਹੜੇ ਵੇਚਣ ਵਾਲੇ ਆ, ਜਾਂ ਤਾਂ ਇਹ ਆਪਾਂ ਇੱਥੋਂ ਏਰੀਆ ਛੱਡ ਜਾਣ ਅਤੇ ਜਿਹੜੇ ਤੌਬਾ ਕਰ ਜਾਣ, ਨਹੀਂ ਤਾਂ ਸਾਡੀ ਜਿਹੜੀ ਆ ਇਹਦੇ ਪ੍ਰਤੀ 0 ਤੋਂ 0 ਟੋਲਰੈਂਸ ਸਾਡੀ ਨੀਤੀ ਦੇ ਨਾਲ ਤਹਿਤ ਕੰਮ ਕੀਤਾ ਜਾਵੇ, ਵੀ ਕਿਸੇ ਵੀ ਕਿਸਮ ਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ, ਭਾਵੇਂ ਉਹ ਕਿਸੇ ਵੀ ਲੈਵਲ ਦਾ ਕਿਉਂ ਨਾ ਹੋਵੇ। ਇਹਦੇ ਤਹਿਤ ਹੁਣ ਅਸੀਂ ਜਿਹੜੀ ਆ ਇਹਦਾ ਲੱਕ ਤੋੜਨ ਲਈ ਇਹਨਾਂ ਦੇ ਪਿੱਛੇ ਅਸੀਂ ਲਗਾਤਾਰ ਜਿਹੜਾ ਆਪਰੇਸ਼ਨ ਕਰ ਰਹੇ ਹਾਂ, ਔਰ ਅਸੀਂ ਇਹਨੂੰ ਜਿਹੜੀ ਆ ਡੈੱਡ ਐਂਡ ਕਰਕੇ ਛੱਡਾਂਗੇ ਇਹਨਾਂ ਨੂੰ। ਇਹ ਸਾਡਾ ਜਿਹੜਾ ਇਹਨਾਂ ਦੇ ਨਾਲ ਇਹਨਾਂ ਨੂੰ ਵਾਰਨਿੰਗ ਆ, ਜਿਹੜੇ ਇਹ ਮਾੜੇ ਅੰਸਰ ਹੈਗਾ ਉਹ ਛੱਡ ਕੇ ਆਪਣੇ ਹੋਰ ਕੰਮਾਂ ਦੇ ਵਿੱਚ ਪੈ ਜਾਣ। ਜੇ ਇਹੀ ਚੀਜ਼ ਰਿਹਾ ਤਾਂ ਇਹ ਸਮੇਂ ਸਮੇਂ ਸਿਰ ਆਉਣ ਵਾਲੇ ਜਿਹੜੇ ਇਹਦੇ ਤਹਿਤ ਅਸੀਂ ਇਹਦੇ ਖਿਲਾਫ਼ ਕਾਰਵਾਈ ਕਰਦੇ ਰਹਾਂਗੇ। ਇਹਦੇ ਵਿੱਚ ਰਿਕਵਰੀ ਦਾ ਸਾਡਾ ਹਜੇ ਪ੍ਰੋਸੈਸ ਤਲਾਸ਼ੀ ਮੁਹਿੰਮ ਚੱਲ ਰਹੀ ਆ, ਔਰ ਸਮੇਂ ਸਮੇਂ 'ਤੇ ਸ਼ੱਕੀ ਵਿਅਕਤੀ ਨੂੰ ਅਸੀਂ ਰਾਊਂਡ ਅਪ ਵੀ ਕੀਤਾ, ਜਿੱਦਾਂ ਮਾਲਪੁਰ ਦੇ ਏਰੀਏ ਦੇ ਵਿੱਚ ਵੀ ਆ, ਮੇਟੀਆਣੇ ਏਰੀਏ ਵਿੱਚ, ਚੱਬੇ ਵਾਲੇ ਏਰੀਏ ਦੇ ਵਿੱਚ ਵੱਖ ਵੱਖ ਸਾਡੀਆਂ ਟੀਮਾਂ ਵੱਜੀਆਂ, ਜਿਹਦੇ ਵਿੱਚ ਅਸੀਂ ਜਿਹੜੇ ਇਸ ਏਰੀਏ ਦੇ ਵਿੱਚ ਆ ਕੇ ਸਾਡੇ ਹੋਰ ਵੀ DSP ਸਾਹਿਬ ਉਹਦੇ ਵਿੱਚ ਲੱਗੇ ਹੋਏ ਆ। ਜਿਹੜੀ ਇਹ ਸ਼ਾਮ ਤੱਕ ਜਿਹੜੀ ਉਹ ਕੰਮ ਜੋ ਵੀ ਸਾਹਮਣੇ ਆਉਂਦਾ, ਹਜੇ ਸਾਡੀ ਲਗਾਤਾਰ ਜਿਹੜੀ ਤਲਾਸ਼ੀ ਲੱਗ ਰਹੀ ਆ। ਜਿੱਦਾਂ ਇਸ ਘਰ ਦੇ ਵਿੱਚ ਹੁਣ ਤਾਂ ਹੀ ਸਾਨੂੰ ਹਜੇ ਜਿਹੜਾ ਲੱਭ ਰਿਹਾ ਲੇਡੀਜ਼ ਸਾਹਿਬ ਭੱਜ ਗਏ ਪਹਿਲਾਂ ਹੀ, ਇਹਨਾਂ ਦਾ ਜਿਹੜਾ ਤਲਾਸ਼ੀ ਕੀਤੀ, ਇਹਦੇ ਵਿੱਚੋਂ ਜਿਹੜਾ ਸਮਾਨ ਵੇਚਦੇ ਆ, ਪੰਨੀਆਂ ਵਗੈਰਾ ਜਿਹੜੇ ਹੈਗੇ ਆ, ਖਾਲੀ ਲਿਫਾਫੇ ਮਿਲ ਰਹੇ ਆ ਸਾਡੀ ਹਜੇ ਬਾਕੀ ਪੂਰੀ ਆ, ਵੀ ਸਾਨੂੰ ਕੋਈ ਨਾ ਕੋਈ ਚੀਜ਼ ਜਿਹੀ ਇਹ ਮਿਲ ਜਾਵੇ ਜਿਹਦੇ ਤਹਿਤ ਅਸੀਂ ਇਹਨੂੰ ਫਿਰ ਬੁੱਕ ਕਰ ਸਕੀਏ।